ਔਖੀ ਘੜੀ ਨਾ ਦੇਖਣ ਦੇਈਂ ਆਪਣਾ ਬਿਰਧ ਸੰਭਾਲੇ। ਕਹਿੰਦੇ ਉਹ ਪ੍ਰਭੂ ਪਰਮਾਤਮਾ ਆਪਣੇ ਪਿਆਰਿਆਂ ਨੂੰ ਆਪਣੇ ਦਾਸਰਿਆਂ ਨੂੰ ਔਖੀ ਘੜੀ ਦੇਖਣ ਹੀ ਨਹੀਂ ਦਿੰਦਾ, ਆਪਣੇ ਬਿਰਧ ਦੀ ਆਪਣੇ ਭਗਤਾਂ ਦੀ ਸੰਭਾਲ ਕਰਦਾ ਹੈ। ਹੱਥ ਦੇ ਰਾਖੇ ਆਪਣੇ ਕੋਲ ਸਾਹ ਸਾਚ ਪ੍ਰਤਪਾਲੇ, ਕਹਿੰਦੇ ਉਹਨਾਂ ਦੀ ਹੱਥ ਦੇ ਕੇ ਰੱਖਿਆ ਕਰਦਾ ਹੈ ਅਤੇ ਸਾਹ ਸਾਹ ਦੇ ਨਾਲ ਉਹਨਾਂ ਦੀ ਪ੍ਰਤਪਾਲਨਾ ਕਰਦਾ ਹੈ। ਅੱਜ ਇੱਕ ਬੜੀ ਅਸ਼ਚਰਜ ਗੱਲ ਹੋਈ। ਇੱਕ ਆਸਾਮ ਦਾ ਰਾਜਾ ਸੀ, ਉਹਦਾ ਨਾਮ ਸੀ ਰਾਜਾ ਰਤਨ ਰਾਏ। ਉਹ ਤਕਰੀਬਨ ਉਹਦੀ 20-25 ਸਾਲ ਦੇ ਵਿੱਚ ਉਮਰ ਸੀ। ਅੱਜ ਜਦੋਂ ਆਪਣਾ ਉਹ ਕੇਸ ਵਾਹਣ ਲੱਗਾ, ਕੇਸ ਵਾਹ ਕੇ ਜੂੜਾ ਕਰਨ ਲੱਗਾ ਤਾਂ ਉਹਦਾ ਧਿਆਨ ਆਪਣੇ ਕੇਸਾਂ ਵੱਲ ਜਦੋਂ ਗਿਆ ਤਾਂ ਬੜਾ ਅਸ਼ਚਰਜ ਹੋਇਆ, ਹੈਰਾਨੀ ਹੋਈ ਉਸਨੂੰ। ਕੀ ਦੇਖਦਾ ਹੈ ਕਿ ਜੂੜੇ ਦੇ ਜੜ੍ਹ ਦੇ ਵਿੱਚ ਇੱਕ ਕਾਲੇ ਰੰਗ ਦਾ ਧੱਬਾ ਹੈ। ਬੜਾ ਹੈਰਾਨ ਹੋਇਆ, ਪਹਿਲਾਂ ਕਦੇ ਧਿਆਨ ਨਹੀਂ ਦਿੱਤਾ, ਅੱਜ ਧਿਆਨ ਗਿਆ ਤਾਂ ਉਸਨੇ ਜਦੋਂ ਦੇਖਿਆ ਵੀ ਇਹ ਕਾਲੇ ਰੰਗ ਦਾ ਕੀ ਧੱਬਾ ਜਿਹਾ ਹੈ, ਉਸਨੇ ਅੰਗੂਠੇ ਦੇ ਨਾਲ ਉਸਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ, ਉਹ ਮਿਟਿਆ ਨਹੀਂ। ਫਿਰ ਸੋਚਦਾ ਹੈ ਵੀ ਕੋਈ ਪੁਰਾਣਾ ਕੋਈ ਦਾਣਾ ਨਿਕਲਿਆ ਹੋਏਗਾ, ਕੋਈ ਫੋੜਾ ਫਿੰਸੀ ਨਿਕਲੀ ਹੋਏਗੀ, ਉਹਦੇ ਕਰਕੇ ਦਾਗ ਪੈ ਗਿਆ ਹੋਣਾ। ਇੱਕ ਵਾਰੀ ਆਪਣਾ ਜੂੜਾ ਕਰ ਲਿਆ, ਉੱਪਰ ਦਸਤਾਰ ਸਜਾਈ, ਪਰ ਮਨ ਦੇ ਵਿੱਚ ਬੜੀ ਇੱਕ ਹੈਰਾਨੀ, ਬੜਾ ਅਸ਼ਚਰਜ ਵੀ ਇਹ ਮੈਂ ਪਹਿਲਾਂ ਕਦੀ ਦੇਖਿਆ ਨਹੀਂ, ਪਹਿਲਾਂ ਕਦੀ ਧਿਆਨ ਨਹੀਂ ਦਿੱਤਾ। ਕਿਉਂ ਨਾ ਆਪਣੀ ਮਾਤਾ ਜੀ ਨੂੰ ਪੁੱਛਿਆ ਜਾਵੇ ਵੀ ਇਹ ਦਾਗ ਕਿਸ ਚੀਜ਼ ਦਾ ਹੈ। ਜਦੋਂ ਆਪਣੀ ਮਾਤਾ ਜੀ ਕੋਲ ਗਿਆ ਤਾਂ ਮਾਤਾ ਜੀ ਉਹਦੇ ਚੋਕੜਾ ਮਾਰ ਕੇ, ਨੇਤਰ ਬੰਦ ਕਰਕੇ ਉਸ ਪ੍ਰਭੂ ਦਾ ਆਰਾਧਨ ਕਰ ਰਹੇ ਸਨ। ਜਦੋਂ ਉਹਨਾਂ ਦੇ ਨੇਤਰ ਖੁੱਲ੍ਹੇ, ਦੇਖਿਆ ਬੇਟਾ ਪੁੱਤਰ ਰਤਨ ਰਾਏ ਆਏ ਹਨ ਮਹਾਰਾਜ, ਤਾਂ ਕਹਿੰਦੇ ਬੇਟਾ ਆਓ ਪਾਸ ਬੈਠੋ। ਜਦੋਂ ਕੋਲ ਬੈਠੇ ਤਾਂ ਰਤਨ ਰਾਏ ਜੀ ਨੇ ਪੁੱਛਿਆ ਕਿ ਮਾਤਾ ਜੀ, ਮੈਂ ਅੱਜ ਕੰਘਾ ਜਦੋਂ ਵਾਹ ਰਿਹਾ ਸੀ ਤਾਂ ਇੱਕਦਮ ਦੇਖਿਆ ਮੇਰੀ ਜੂੜੇ ਦੇ ਜੜ੍ਹ ਦੇ ਵਿੱਚ, ਜਿੱਥੇ ਮੇਰਾ ਸਿਰ ਹੈ, ਜਿੱਥੋਂ ਕੇਸ ਸਟਾਰਟ ਹੁੰਦੇ ਹਨ ਜੂੜੇ ਦੇ ਥੱਲੇ, ਉੱਥੇ ਇੱਕ ਬੜਾ ਵੱਡਾ ਦਾਗ ਪਿਆ ਹੋਇਆ, ਵੀ ਤੁਸੀਂ ਮੈਨੂੰ ਦੱਸ ਸਕਦੇ ਹੋ ਦਾਗ ਕਿਸ ਚੀਜ਼ ਦਾ ਹੈ। ਉਸਦੀ ਮਾਤਾ ਜੀ ਇੱਕਦਮ ਜਦੋਂ ਸੁਣਿਆ, ਨੇਤਰ ਭਰ ਗਏ ਉਹਨਾਂ ਦੇ, ਕਹਿੰਦੇ ਬੇਟਾ ਇਹ ਦਾਗ ਨਹੀਂ ਹੈ, ਇਹ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਨਿਸ਼ਾਨੀ ਹੈ। ਕਹਿੰਦਾ ਨਿਸ਼ਾਨੀ? ਫਿਰ ਬੜਾ ਹੈਰਾਨ ਹੋਇਆ, ਕਹਿੰਦਾ ਇਹ ਕਿਸ ਤਰ੍ਹਾਂ ਦੀ ਨਿਸ਼ਾਨੀ ਹੈ? ਕਹਿੰਦੇ ਪੁੱਤਰ ਬੈਠ, ਮੇਰੇ ਕੋਲ ਬੈਠ, ਮੈਂ ਤੁਹਾਨੂੰ ਦੱਸਦੀ ਹਾਂ। ਕਹਿੰਦੇ ਅੱਜ ਤੋਂ ਤਕਰੀਬਨ 25-26 ਸਾਲ ਪਹਿਲਾਂ ਤੇਰੇ ਪਿਤਾ ਜੀ ਰਾਮ ਰਾਏ ਅਤੇ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪਟਨਾ ਸਾਹਿਬ ਵਿਖੇ ਪਹੁੰਚੇ ਸਾਂ। ਤੇਰੇ ਪਿਤਾ ਜੀ ਨੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ, ਚਰਨਾਂ 'ਤੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਜੀ ਨੇ ਬੜੀ ਆਓ ਭਗਤ ਕੀਤੀ ਸਾਡੀ, ਕਿਉਂਕਿ ਆਸਾਮ ਦੇ ਰਾਜੇ ਸਨ ਇਸ ਸਮੇਂ, ਉਹ ਤ੍ਰਿਪੁਰਾ ਸਟੇਟ ਆਪਾਂ ਕਹਿ ਦਿੰਦੇ ਹਾਂ ਇੰਡੀਆ ਦੇ ਵਿੱਚ। ਅਤੇ ਕਹਿੰਦੇ ਗੁਰੂ ਸਾਹਿਬ ਨੇ ਬੜੀ ਆਓ ਭਗਤ ਕੀਤੀ, ਬੜਾ ਸਾਡਾ ਸਵਾਗਤ ਕੀਤਾ। ਅਤੇ ਕਹਿੰਦੇ ਜਦੋਂ ਅਸੀਂ ਉਹਨਾਂ ਦੇ ਚਰਨਾਂ 'ਚ ਬੈਠੇ, ਉਹਨਾਂ ਨਾਲ ਵਾਰਤਾਲਾਪ ਕਰਨ ਲੱਗੇ ਤਾਂ ਤੇਰੇ ਪਿਤਾ ਜੀ ਨੇ ਅੱਖਾਂ ਭਰ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜੀ, ਸੱਚੇ ਪਿਤਾ ਜੀ ਹੋ, ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਹੋ, ਆਪ ਜੀ ਨੇ ਬੜੀ ਅਪਾਰ ਕਿਰਪਾ ਮਰਾਮਤ ਕੀਤੀ ਹੈ, ਬੜਾ ਸੋਹਣਾ ਰਾਜ ਬਖਸ਼ਿਸ਼ ਕੀਤਾ ਹੈ, ਮਹਿਲ ਮਾੜੀਆਂ ਬਖਸ਼ਿਸ਼ ਕੀਤੀਆਂ ਹਨ, ਸੁੰਦਰ ਘੋੜੇ, ਸੁੰਦਰ ਹਾਥੀ, ਸੁੰਦਰ ਸੈਨਾ, ਸੁੰਦਰ ਪਰਿਵਾਰ ਬਖਸ਼ਿਸ਼ ਕੀਤਾ ਹੈ, ਪਰ ਇੱਕ ਚੀਜ਼ ਦੀ ਕਮੀ ਹੈ। ਗੁਰੂ ਸਾਹਿਬ ਕਹਿੰਦੇ ਕਿ? ਕਹਿੰਦੇ ਪੁੱਤਰ ਨਹੀਂ ਹੈ। ਕਹਿੰਦੇ ਇਹ ਰਾਜ ਭਾਗ ਤਾਂ ਸਾਡਾ ਹੈ, ਪਰ ਉਸ ਰਾਜ ਭਾਗ ਨੂੰ ਸੰਭਾਲਣ ਵਾਲਾ ਪੁੱਤਰ ਨਹੀਂ ਹੈ ਸਾਡੇ ਕੋਲ, ਆਪ ਜੀ ਕਿਰਪਾ ਕਰੋ, ਸਾਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕਰੋ। ਅਤੇ ਕਹਿੰਦੇ ਜਦੋਂ ਇਹ ਗੱਲ ਗੁਰੂ ਸਾਹਿਬ ਨੇ ਸੁਣੀ, ਗੁਰੂ ਸਾਹਿਬ ਬੜੇ ਮੋਜ ਦੇ ਵਿੱਚ ਬੈਠੇ ਸਨ। ਗੁਰੂ ਸਾਹਿਬ ਜੀ ਨੇ ਆਪਣੀ ਉਂਗਲ ਦੇ ਵਿੱਚੋਂ ਛਾਪ ਕੱਢੀ, ਛਾਪ ਮਤਲਬ ਇੱਕ ਮੁੰਦਰੀ ਪਾਈ ਹੋਈ ਸੀ ਗੁਰੂ ਸਾਹਿਬ ਨੇ, ਉਸ ਮੁੰਦਰੀ ਦੇ ਉੱਤੇ ਲਿਖਿਆ ਸੀ ਇੱਕ ਓਅੰਕਾਰ। ਕਹਿੰਦੇ ਉਹ ਜਦੋਂ ਛਾਪ ਕੱਢੀ ਉਹਨਾਂ ਨੇ ਅਤੇ ਮੁੰਦਰੀ ਕੱਢ ਕੇ ਅਤੇ ਤੇਰੇ ਪਿਤਾ ਦੇ ਮੱਥੇ ਦੇ ਉੱਤੇ ਲਗਾ ਦਿੱਤੀ ਜੂੜੇ ਵਾਲੀ ਸਾਈਡ 'ਤੇ, ਅਤੇ ਕਹਿੰਦੇ ਜਾ ਰਾਜਾ ਰਾਮ ਰਾਏ,
तेरे घर विच एक गुरु का सिख पैदा होएगा, उहदा नाम रतन राय तुसी रखना है। तो जो पैदा होएगा, पैदा होंदे सार ही उहदे सिर दे विच ये साडी निशानी लगी हुई, साडी मोहर लगी हुई। कहिंदे पुत्तर जिहड़ी ये तू गल कर रहा है कि ये निशान कादा है, दाग कादा है, ये दाग नहीं, ये एक ओंकार का निशान गुरु तेग बहादुर महाराज जी वालों बख्शिया होया है। ये गुरु दी साखियां ने, गुरु महाराज के इतिहास में अंकित ने। जदों रतन राय को पता चलिया भी गुरु तेग बहादुर महाराज जी की कृपा के नाल मेरा जन्म होया है, तो एकदम मन के तृष्णा उठी। कहिंदा चलो माता जी आपां इसे वेले चलते हाँ, जिन्हां दी कृपा दे नाल मेरा जन्म होया, मैं उन्हां दे दर्शन करके आने हैं। माता जी कहिंदे भी इस टाइम तो गुरु तेग बहादुर महाराज जी अकाल चलाना कर गए हैं, इस समय इस दुनिया दे विच शरीर करके विराजमान नहीं हैं, पर उन्हां दा पुत्र गुरु गोबिंद सिंह जी महाराज जो उन्हां दी गुरगद्दी ते विराजमान हैं, वह इस समय आनंदपुर साहब श्री केसगढ़ साहब विखे विराजमान हैं। जे तू कहना है तो आप उन्होंने दर्शन कर चलते हैं। जो राजा राम राय के मन च बड़ा चाव होया भी चलो आप गुरु गोबिंद सिंह महाराज जी के दर्शन कर चलीए, गुरु साहब के दर्शन कर जा रहा है, तो अपने राज दियां तीन चार जिहड़ियां सब तो कीमती वस्तां सन वो नाल लैके गया। तो गुरु गोबिंद सिंह जी महाराज जी के चरणों में जो पुजा, महाराज जी नूं नमस्कार कीती, ते महाराज जी नूं वह वस्तां भेट कीतियां। वह वस्तां कीड़ियां सन, उहदे विच एक पंज कला शस्त्र सी, पंज कला शस्त्र सी, एक रोड टाइप शस्त्र सी, एक उहदे विच बटन लगा होया सी, जदों एक बारी बटन दबाओ तो वह परछा बन जाता सी, दूजी बारी बटन दबाओ तो वह कृपान बन जाती सी, इस तरह बंदूक बन जाती सी, ढाल बन जाती सी। पांच तरीके के शस्त्र इको शस्त्र दे विच बन जाते सन। गुरु साहब नूं भेट की, वो अज भी निशानी गुरु साहब की पांच कला शस्त्र इंडिया दे विच बड़ौदा राज दे महल दे विच वो पांच कला शस्त्र विराजमान है। दूजी वस्त की भेट की, एक प्रशादी हाथी भेट किया। वो हाथी जो गुरु साहब नूं भेट किया, वह हाथी इन्ना अनमोल सी, उहदी सुंड की स्टार्टिंग तो लैके पूंछ तक एक चिट्टे रंग की धारी सी, काले रंग का हाथी सी, ते चिट्टे रंग की उहदे उत्ते धारी सी, ते बड़ा सिखाया होया हाथी सी, गुरु साहब की इन्नी सेवा करता सी, गुरु साहब के सिर उत्ते चोर साहब करता सी, वह हाथी गुरु साहब के चरण धोंदा सी, गुरु साहब जी के चरण साफ भी करता सी, ते जो जरूरत पवे तो मशाल लैके अपनी सुंड दे विच फड़ के ते गुरु साहब जी के अगे अगे रस्ता भी दिखाया करता सी। सो इस तरीके दीआं पंज चीज़ां गुरु साहब नूं उस राजा रतन राय ने, आसाम के राजे ने गुरु साहब नूं भेट कीतीआं। सो इत्थों ये सानूं पता चलता है वी गुरु साहब उन्हां दा उपदेश सी अव्वल अल्लाह नूर उपाया कुदरत के सब बंदे। उन्हां दे भगत वड्डे वड्डे राजे, हिंदू राजे भी सन, जिन्हां विचों मंडी दा राजा भी सी, नाहन दा राजा, असाम दा राजा, और मुसलमान भी उन्हां दे मुरीद सन। जिवें कि सानूं कई वारी सुणन नूं मिलदा है वी मुसलमानां ने गुरु साहिब नाल बड़ी दुश्मनी कीती, और मुसलमान पीर बुद्धू शाह जी भी सन। पीर बुद्धू शाह जी भगत भीखण शाह जी दे मुरीद सन, उन्हां दे चेले सन। जदों पंघाणी दा युद्ध हो रहा सी, गुरु साहिब छोटी उम्र दे विच पंघाणी दा युद्ध जदों कर रहे सन, तां जदों पीर बुद्धू शाह जी नूं पता चलिया वी गुरु साहिब जी पंघाणी दा युद्ध कर रहे हन पौंटा साहिब दी धरती विखे, तां अपने 700 मुरीद, 700 चेले, दो पुत्र ते दो भरा लैके गुरु साहिब जी की हजूरी दे विच पुज्जा। कहिंदा गुरु साहिब मैनूं पता चलिया वी घोर पंघाणी का युद्ध छिड़ गया है, कृपा करो मेरी ये छोटी जी सेना, छोटा जिहा जथा अपने अपने तुसी जथे दे विच शामिल करो,
और तकरीबन 700 मुरीद ही पूरे ते दो पुत्र ते दो भरा सारे ही पंगाणे दे युद्ध विच पीर बुद्धू शाह जी दे शहीद हो गए सन। पर उन्होंने एक बारी भी मूँह तो सी नहीं की। जदों पंगाणे दा युद्ध खत्म होया ते पीर बुद्धू शाह जी गुरु साहब कोल पहुँचे ते उन्होंने चरणों के मत्था टेकते हैं। गुरु साहब जी ने आख्या, पीर बुद्धू शाह, असी तेरे इस बलिदान तो तेरे समर्पण तो बहुत खुश होए हाँ। तू मंग की मंगदा है? जे कवे तो इस धरती का राज दे दिए, लोग परलोक का राज दे दिए, हुक्म कर बोल। पीर बुद्धू शाह जी ने सिर नीवा कर लिया। उस समय गुरु गोबिंद सिंह जी महाराज अपने केसां नूं वाह रहे सन कंगे दे नाल। कंगे दे विच जदों थोड़े जे केस रह गए, पीर बुद्धू शाह जी ने वह देखिया भी गुरु साहब जी के केस उस कंगे दे विच फसे हुए हैं। तां पीर बुद्धू शाह जी कहते, गुरु साहब एक चीज़ मंगदा हाँ, आप जी जे कृपा करो तो अपना केसा सने ये वाला कंगा मैनू भेट कर दिओ। देखो किन्नी अचरज बात है, अपने 700 मुरीद, दो पुत्र ते दो भरा शहीद करा के ते मंगिया की केसा सने कंगा। वो अज भी तख्त श्री केसगढ़ साहब विखे दर्शनां लई रखिया होया है। आप जी जो संगत जाते हो तो उन्होंने दर्शन उत्थे कर सकते हो। सो गुरु साहब जी का जिहड़ा फरमान है, अवल अल्लाह नूर पाया कुदरत के सब बंदे, एक नूर ते सब जग उपजिया कौन भले कौन मंदे। गुरु साहब जी के मुरीद हिंदू भी सन, गुरु साहब जी के मुरीद मुसलमान भी सन, और दोनों ने गुरु साहब जी की बड़ी कृपा ली। सो इस गल तो सानू भी सिक्ख्या मिलती है भी गुरु साहब के चरणों में आइए, जिथे असी अपने दुनियावी चीज़ों की मांग करते हाँ, गुरु साहब कार दे दो, गुरु साहब जी घर दे दो, गुरु साहब जी बाल बच्चे नहीं हैं, इस तरह दी मंगां नूं छड्ड के गुरु साहब कोल गुरु साहब जी की मांग करिए। गुरु साहब जी कृपा करो, अपनी मेहर भरिया हाथ सिर ते रखो, अपनी दिव दृष्टि साडे सिर ते रखो, आप जी की हमेशा कृपा मेहरामत साडे सिर ते सदा रहे। सो इस साखियां तो सानूं इह सिक्ख्या मिलदी है कि सानू गुरु साहब तो होर चीज़ा छड़ के उस परमात्मा उस निरंकार की मांग कर लेनी चाहिए है, ता कि साडा लोक भी सुहेला हो सके ते परलोक भी सुहेला हो सके। सो इन बेनतियां प्रवान करनिया, गज बज के फतेह बुलाओ जी। वाहिगुरु जी का खालसा, वाहिगुरु जी की फतेह।